ਇਹ ਸਾਡੀ ਲੜਕੀ ਨੂੰ ਇਹਨਾਂ ਨੇ ਮਾਰਿਆ ਜੀ, ਪਾ ਦੇ ਕੇ ਮਾਰਿਆ ਜੀ। ਕਿੱਥੇ ਵਿਆਹੀ ਸੀ? ਕੀ ਭਾਦਰਪੁਰ ਪੰਜ ਪਿਪਲੀ ਚੌਂਕ ਚ ਵਿਆਹੀ, ਕੱਪੜੇ ਦਾ ਕੰਮ ਕਰਦੇ ਆ। 9 ਸਾਲ ਪਹਿਲਾਂ ਵਿਆਹ ਹੋਇਆ ਕੁੜੀ ਦਾ। ਹਾਂਜੀ, ਜਦੋਂ ਦੀ ਵਿਆਹੀ ਹੈ 6 ਮਹੀਨੇ ਮਗਰੋਂ ਤੰਗ ਕਰਨ ਲੱਗ ਪਿਆ ਕੁੜੀ। ਲੜਕੀ ਦੀ ਕਿੰਨੀ ਉਮਰ ਸੀ? ਲੜਕੀ ਦੀ ਉਮਰ 32 ਸਾਲ ਹੈ ਜੀ। ਔਰ ਕਿਹਨਾਂ ਨਾਮ ਵਿਆਹੀ ਸੀ ਲੜਕੇ ਦੀ ਉਮਰ? ਲੜਕੇ ਦੀ ਉਮਰ ਇੰਨੀ ਕਹੀ ਹੈ ਜੀ, ਗੌਰਵ ਅਰੋੜਾ ਉਹਦਾ ਨਾਂ ਹੈ। ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ? ਪ੍ਰੇਮਗਾ ਰੋਡ ਦੇ। ਅਤੇ ਲੜਕੇ ਵਾਲੇ? ਲੜਕੇ ਨੇ ਭਾਦਰਪੁਰ ਚੌਂਕ 5 ਪਿਪਲੀ। ਇੱਥੇ ਆਉਣ ਦਾ ਕਾਰਨ ਕੀ ਹੈ? ਲੜਕੀ ਦੀ ਡੈਥ ਹੋ ਗਈ ਜੀ, ਲੜਕੀ ਨੂੰ ਮਾਰਿਆ ਇਹਨਾਂ ਨੇ ਕਰਦੇ ਤਾਂ ਕਰਦੇ ਸੀ। ਸਾਡੀ ਲੜਕੀ ਨੂੰ ਦਾਜ ਇਹ ਮੰਗਦੇ ਸੀ 8 ਸਾਲਾਂ ਦੇ। ਚਲੋ ਆਪਾਂ ਮੰਗਾਂ ਪੂਰੀਆਂ ਕਰੀ ਗਏ, ਪਰ ਹੁਣ ਕੱਲ੍ਹ ਵੀ ਸਵੇਰੇ ਕੁੜੀ ਮੇਰੇ ਕੋਲ ਹੋ ਕੇ ਆਈ। ਮੈਂ ਕਿਹਾ ਚੱਲ ਕੱਲ੍ਹ ਗੱਲ ਕਰਾਂਗੇ, ਐਤਵਾਰ ਮੈਂ ਕੱਲ੍ਹ ਗੱਲ ਕਰਾਂਗੇ। ਸ਼ਾਮੀ ਮੁੰਡੇ ਨੇ ਫੋਨ ਕੀਤਾ, ਇਹਨੇ ਕਿਉਂ ਕੱਪੜੇ ਦਾ ਕੰਮ ਆ, ਜੈਕਟ ਜੂਟ ਲੈਣੀ ਸੀ, ਤਾਂ ਕੁੜੀ ਨੇ ਫੋਨ ਨਹੀਂ ਚੱਕਿਆ। ਫਿਰ ਇਹਨੇ ਆਪਣੇ ਚੀਜ਼ੇ ਨੂੰ ਫੋਨ ਕੀਤਾ, ਉਹ ਉਲਟਾ ਇਹਨੂੰ ਕਹਿਣ ਲੱਗ ਪਿਆ ਵੀ ਬੰਦਰਾ ਕਿੱਥੇ ਆ। ਇਹ ਕਹਿੰਦਾ ਤੂੰ ਦੇਖ, ਮੈਨੂੰ ਕੀ ਪਤਾ, ਮੈਂ ਤਾਂ ਇੱਧਰ ਆਪਣੀ ਦੁਕਾਨ 'ਤੇ ਹਾਂ। ਅਤੇ ਉਹ ਤੋਂ ਬਾਅਦ 5 ਮਿੰਟ ਮਗਰੋਂ ਹੀ ਉਹ ਕਹਿੰਦਾ ਮੈਂ ਤੇਰੇ ਮਾਮੇ ਦੇਖ ਆਇਆ, ਉਸ ਉੱਪਰ ਪਤਾਏ ਦੇਖ ਆਇਆ। ਇਹ ਕਹਿੰਦਾ ਕਹਿੰਦਾ ਕਮਰੇ 'ਚ ਸੀਗੀ ਉਹ, ਮੈਨੂੰ ਕਹਿੰਦੀ ਸੋਣਾ ਆ, ਤਾਂ ਕਹਿੰਦਾ ਵੀ ਕਮਰੇ 'ਚ ਦੇਖ। ਕਹਿੰਦਾ ਦਰਵਾਜ਼ਾ ਲੱਗਾ, ਕਹਿੰਦੇ ਦਰਵਾਜ਼ਾ ਭੰਨ, ਦਰਵਾਜ਼ਾ ਭੰਨਿਆ। ਕਹਿੰਦਾ ਲੋਕਾਂ ਦਰਵਾਜ਼ੇ ਭੰਨਦੇ ਆਪਣੇ, ਭੰਨੋ ਭੰਨ ਕੇ ਦੇਖਿਆ ਤਾਂ ਕੁੜੀ 2 ਮਿੰਟ ਮਗਰੋਂ ਫੋਨ ਆ ਗਿਆ ਕੁੜੀ ਦਾ। ਬੈੱਡ 'ਤੇ ਕੁੜੀ ਲੰਮੀ ਪਈ ਹੋ, ਰੱਸੀ ਵੱਡੀ ਐਂ ਰੱਸੀ ਆ ਜਾਂਦੀ। ਕੌਣ ਕੌਣ ਧਿਆਨ ਲੱਗਦਾ ਵੀ ਕੌਣ ਕੌਣ ਦੋਸ਼ੀ ਹੈ? ਹਾਂਜੀ, ਇਹ ਪੂਰਾ ਪਰਿਵਾਰ ਤੁਹਾਨੂੰ ਦੱਸਿਆ, ਆਸ਼ਾ ਅਰੋੜਾ, ਸ਼ੀਸ਼ ਅਰੋੜਾ, ਰਾਹੁਲ ਅਰੋੜਾ, ਗੌਰਵ ਅਰੋੜਾ, ਹੀਨਾ, ਇਹ ਸਾਰੇ ਅੱਗੇ ਵੀ ਲੜਦੇ ਸੀ, ਇਹ ਸਾਰੇ ਅੱਗੇ ਕੁੜੀ ਨੂੰ ਅੱਗੇ ਵੀ ਕੁੱਟਦੇ ਸੀਗੇ। ਲੜਕੇ ਦਾ ਕੀ ਨਾਮ? ਲੜਕੇ ਦਾ। ਅੱਛਾ ਜੀ, ਚਲੋ ਇਹ ਜਿਹੜਾ ਮਾਮਲਾ ਹੋਇਆ, ਕੀ ਕਿੰਨੀ ਸੱਚਾਈ ਇਹਦੇ ਵਿੱਚ ਵੀ? ਉਹਨਾਂ ਨੇ ਇਲਜ਼ਾਮ ਲਾਇਆ ਵੀ ਦਾਜ ਲਈ ਤੰਗ ਕਰਦੇ ਜਾਂ ਕਿਸੇ ਨੇ? ਕੋਈ ਦਾਜ ਦੂਜ ਕੋਈ ਨਹੀਂ, ਪੂਰਾ ਰਾਜ ਕਰਦੇ। ਮੁੰਡਾ ਦੇ ਤੀਵੀਂ ਦੀ ਆਪਸ ਚ ਬੜੀ ਪ੍ਰੇਮ ਸੀਗਾ, ਰੋਜ਼ 9 ਵਜੇ ਤੋਂ ਬਾਅਦ ਉਹਨੂੰ ਬਾਹਰ ਘੁਮਾਉਣ ਜਾਂਦਾ, ਰੋਟੀ ਪਾਣੀ ਬਾਹਰ ਹੀ ਖਾਂਦੇ ਸੀ। ਕੀ ਏਦਾਂ ਦਾ ਵਾਕਿਆ ਹੋਇਆ ਵੀ ਕੱਲ ਇੱਥੇ ਤੱਕ ਨੌਬਤ ਪਹੁੰਚੀ ਹੈ? ਕੋਈ ਸਮਝ ਨਹੀਂ ਆ ਰਿਹਾ, ਕੋਈ ਨਹੀਂ। ਨਹੀਂ, ਕੋਈ ਪਹਿਲਾਂ ਵੀ ਕਿਸੇ ਤਰ੍ਹਾਂ ਦਾ ਕੋਈ ਮੀਆਂ ਬੀਬੀ ਦੇ ਵਿੱਚ ਝਗੜਾ ਚੱਲਦਾ ਸੀਗਾ ਜਾਂ ਕੋਈ? ਨਹੀਂ, ਪਹਿਲਾਂ ਵੀ ਇੱਕ ਵਾਰੀ ਇਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਵੇਲੇ ਅਸੀਂ ਬਚਾ ਲਿਆ, ਮੇਰੇ ਬੇਟੇ ਨੇ ਬਚਾ ਲਿਆ। ਕੀ ਤੈਨੂੰ ਲੱਗਦਾ ਵੀ ਇਹ ਕੋਈ ਪਰੇਸ਼ਾਨੀ ਜੋ ਜੂਰ ਰਹੀ ਜਾਂ ਕੋਈ ਬਿਮਾਰੀ? ਇਹਨੂੰ ਪੁੱਛੇ ਮੈਂ ਕਿਹਾ ਸਟੈਪ ਤੋਂ ਚੱਕਿਆ ਕੀ ਕਰ ਰਹੇ, ਕਹਿੰਦੇ ਮੈਨੂੰ ਪਤਾ ਜੀ। ਤੇ ਕਿੰਨੇ ਵਜੇ ਦਾ ਕੱਲ ਦਾ ਵਾਕਿਆ ਜੀ? 1.5 ਸਾਲ ਪਹਿਲਾਂ। ਨਹੀਂ, ਹੁਣ ਕੱਲ ਦਾ? ਕੱਲ ਦਾ ਕੋਈ ਨਹੀਂ, 3 ਵਜੇ ਤਾਂ ਮੈਨੂੰ ਮਿਲੀ ਹੈ, ਬੜੇ ਸੋਹਣੇ ਜੀਪੀਆਂ ਨੂੰ ਮਿਲੀ, ਤੇ ਮੈਂ ਤੇ ਚਲਾ ਗਿਆ। ਕਿੰਨੇ ਬੱਚੇ ਜੀ? 5, 1 ਸ਼ਾਮੀ ਲੜਾਈ ਝਗੜਾ ਕੋਈ ਝਗੜਾ ਜੀ? ਕੱਲ ਇੱਕ ਫੋਨ ਆਇਆ ਸੀ ਵੀ ਬੰਦਨਾ ਅਰੋੜਾ, ਜਿਹੜੀ ਕਿ ਪ੍ਰੇਮਗੜ੍ਹ ਦੇ ਮਾਇਕੇ ਆ ਅਤੇ ਬਹਾਦਰਪੁਰ 5 ਪਿਪਲੀ ਮੰਦਰ ਕੋਲ ਗੌਰਵ ਅਰੋੜਾ ਨਾਲ ਸ਼ਾਦੀਸ਼ੁਦਾ ਹੈ, ਨੇ ਫਾਹਾ ਲੈ ਕੇ ਸੁਸਾਈਡ ਕਰ ਲਿਆ। ਜਿਸ ਸੰਬੰਧ ਵਿੱਚ ਸ੍ਰੀ ਹਰਬੰਸ ਲਾਲ ਅਤੇ ਮੈਂ ਵੀ ਮੌਕੇ 'ਤੇ ਗਿਆ ਸੀ, ਉੱਥੇ ਰਾਤ ਨੂੰ ਜੋ ਵੀ ਕਾਰਵਾਈ ਕਰਕੇ ਅਤੇ ਬੋਡੀ ਜਿਹੜੀ ਹੋਸਪਿਟਲ 'ਚ ਰਖਾ ਦਿੱਤੀ ਗਈ ਸੀ। ਅਤੇ ਅੱਜ ਵਿਜੇ ਕੁਮਾਰ ਅਰੋੜਾ ਮਰਹੂਮ ਲੜਕੀ ਦੇ ਪਿਤਾ ਜੋ ਕਿ ਪ੍ਰੇਮਗੜ੍ਹ 'ਚ ਪਨੀਰੀ ਦਾ ਬੀਆਂ ਦਾ ਕੰਮ ਕਰਦੇ ਹਨ, ਦੇ ਬਿਆਨ ਦੇ ਉੱਪਰ FIR ਦਰਜ ਕਰ ਦਿੱਤੀ ਗਈ ਹੈ ਅਤੇ FIR ਦਰਜ ਕਰਕੇ ਉਹਦਾ ਪੋਸਟਮਾਰਟਮ ਕਰਵਾ ਕੇ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸਰ, ਕਿਸ ਧਾਰਾ ਵਿੱਚ ਹੋਇਆ? ਇਹ 306(201) ਵਿੱਚ।